ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਟਮਾਜਰਾ ਦੇ ਵਿੱਚ ਸੰਗਤ ਦੀ ਇੱਥੇ ਜਿਹੜੀ ਇਹਨਾਂ ਨੇ ਸਾਡੇ ਕੋਲ ਦੱਸਿਆ ਵੀ ਇਸ ਤਰੀਕੇ ਨਾਲ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਇਹਨਾਂ ਦੀ ਗੱਲ ਸੁਣਨ ਵਾਸਤੇ, ਸਾਰੀ ਸਮੱਸਿਆ ਸੁਣਨ ਵਾਸਤੇ ਅਸੀਂ ਇਸ ਪਿੰਡ ਵਿੱਚ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਵੀ ਇਸ ਪਿੰਡ ਦੇ ਵਿੱਚ ਤਕਰੀਬਨ ਕਾਫੀ ਘਰਾਂ ਦੇ ਜਿਹੜੇ ਬਿਜਲੀ ਦੇ ਕਨੈਕਸ਼ਨ ਨੇ, ਪਿਛਲੇ 4-5 ਦਿਨ ਤੋਂ ਬਿਜਲੀ ਬੋਰਡ ਨੇ ਸਰਹੰਦ ਨੇ ਜਿਹੜੇ ਕੱਟ ਦਿੱਤੇ ਨੇ। ਔਰ ਜਦੋਂ ਅਸੀਂ ਇੱਥੇ ਆ ਕੇ ਮੌਕਾ ਦੇਖ ਕੇ ਸਾਰੇ ਇਹਨਾਂ ਦੇ ਬਿਜਲੀ ਦੇ ਬਿੱਲ ਦੇਖੇ, ਤਾਂ ਉੱਥੇ ਦੇਖਣ 'ਚ ਸਾਹਮਣੇ ਆਇਆ ਵੀ ਜੋ ਸਰਕਾਰ ਨੇ ਐਲਾਨ ਕੀਤੇ, ਚਾਹੇ ਉਹ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਨੇ ਐਲਾਨ ਕੀਤੇ ਵੀ ਸਾਰੇ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਹੋਣਗੇ, ਔਰ ਉਸ ਤੋਂ ਬਾਅਦ ਨਵੀਂ ਬਣੀ ਸਰਕਾਰ ਨੇ ਐਲਾਨ ਕੀਤਾ, ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ, ਵੀ 31/12/2021 ਤੱਕ ਜਿੰਨੇ ਵੀ ਕਿਸੇ ਦਾ ਪੁਰਾਣਾ ਬਕਾਇਆ ਉਹ ਸਾਰਾ ਮਾਫ਼ ਕੀਤਾ ਜਾਊਗਾ। ਪਰ ਤੁਸੀਂ ਇੱਥੇ ਦੇਖ ਸਕਦੇ ਹੋ, ਅਸੀਂ ਤੁਹਾਨੂੰ ਦੱਸਣਾ ਵੀ ਚਾਹੁੰਦੇ ਹਾਂ ਕਿ ਜਿਵੇਂ ਬਾਲ ਕ੍ਰਿਸ਼ਨ ਜੀ ਨੇ ਇਹਨਾਂ ਦਾ ਤਕਰੀਬਨ 14,590 ਰੁਪਏ ਬਕਾਇਆ ਜਿਹੜਾ ਇਹਨਾਂ ਦਾ ਪਿਛਲਾ ਅਜੇ ਲੱਗ ਨਵੰਬਰ 11ਵੇਂ ਮਹੀਨੇ ਦਾ, ਉਹ ਅਜੇ ਤੱਕ ਲੱਗ ਗਿਆ ਰਿਹਾ, ਉਹਨਾਂ ਦਾ 4 ਦਿਨ ਤੋਂ ਕਨੈਕਸ਼ਨ ਕੱਟਿਆ ਹੋਇਆ। ਇਸੇ ਤਰੀਕੇ ਨਾਲ ਬਿਕਰਮ ਜੀ ਨੇ ਇਹਨਾਂ ਦਾ 18,000 ਰੁਪਏ ਪਿਛਲਾ ਬਕਾਇਆ ਲੱਗ ਕੇ ਆ ਰਿਹਾ ਇਹ। ਔਰ ਇਸ ਤੋਂ ਬਾਅਦ ਅੱਗੇ ਜਲਾਲ ਚੰਦ ਜੀ ਨੇ ਇਹਨਾਂ ਦਾ 21,400 ਰੁਪਈਆ ਲੱਗ ਕੇ ਆ ਰਿਹਾ, ਉਹਨਾਂ ਦਾ ਕਨੈਕਸ਼ਨ ਕੱਟਿਆ ਹੋਇਆ। ਅਵਤਾਰ ਸਿੰਘ ਜੀ ਦਾ 14,000 ਰੁਪਏ ਪਿਛਲਾ ਬਿੱਲ ਲੱਗ ਕੇ ਆਇਆ ਹੋਇਆ, ਉਹਨਾਂ ਦਾ ਕਨੈਕਸ਼ਨ ਕੱਟਿਆ ਹੋਇਆ। ਔਰ ਇੱਕ ਬੀਬੀ ਖੜੀ ਹੈ, ਇਹ ਬੀਬੀ ਦਾ ਵੀ ਕਨੈਕਸ਼ਨ ਜਿਹੜਾ ਕੱਟਿਆ, ਕਾਫੀ ਘਰਾਂ ਦੇ ਜਿਹੜੇ ਕਨੈਕਸ਼ਨ ਨੇ ਕੱਟੇ ਹੋਏ ਨੇ। ਔਰ ਇੱਥੇ ਤੱਕ ਵੀ ਇੱਕ ਬੀਬੀ ਸਾਡੇ ਕੋਲ ਆਈ, ਕਹਿੰਦੀ ਮੇਰੇ ਮੇਰੇ ਜਦੋਂ 4 ਦਿਨ ਤੋਂ ਬਿਜਲੀ ਕੱਟੀ ਹੋਈ ਹੈ ਤਾਂ ਮੈਂ ਆਪਣਾ ਬਿੱਲ ਲੈ ਕੇ ਉੱਥੇ ਗਈ ਤਾਂ ਉਹਨਾਂ ਨੇ ਕਿਹਾ ਪੈਸੇ ਭਰੋ, ਸੀ 7,000 ਰੁਪਏ ਬਿੱਲ ਭਰ ਵੀ ਆਏ ਪਰ ਫਿਰ ਵੀ ਸਾਡਾ ਅਜੇ ਤੱਕ ਕਨੈਕਸ਼ਨ ਨਹੀਂ ਲੱਗਿਆ, ਹਾਲਾਂਕਿ ਉਹ ਭਰਨ ਦੀ ਲੋੜ ਨਹੀਂ ਸੀ ਪਰ ਮਹਿਕਮੇ ਨੇ ਪੈਸੇ ਧੱਕੇ 'ਤੇ ਭਰਵਾਏ। ਸੋ ਅਸੀਂ ਅੱਜ ਇੱਥੇ ਮੰਗ ਕਰਦੇ ਹਾਂ, ਦੇਖੋ ਹਾਲਾਤ ਦੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਹਾਲਾਤ ਦੇਖੋ, ਕਿਹੋ ਜਿਹੇ ਹਾਲਾਤ ਨੇ। ਕੋਈ ਇੱਥੇ ਏਸੀ ਨਹੀਂ ਲੱਗਿਆ ਹੋਇਆ, ਕੋਈ ਹੋਰ ਕੂਲਰ ਨਹੀਂ ਲੱਗੇ ਹੋਏ, ਕੋਈ ਇੱਦਾਂ ਦੇ ਸਾਧਨ ਨਹੀਂ ਜਿਨ੍ਹਾਂ ਨਾਲ ਬਿਜਲੀ ਜਿਹੜੀ ਜ਼ਿਆਦਾ ਲੱਗ ਸਕੇ। ਪਰ ਫਿਰ ਵੀ ਦੇਖੋ ਤੁਸੀਂ ਪਿਛਲੇ ਬਕਾਇਆ ਇੰਨਾ ਲੰਮਾ ਜਿਹੜਾ ਬਕਾਇਆ ਇਹਨਾਂ ਦਾ, ਇੰਨੇ ਇੰਨੇ ਪੈਸੇ ਇਹਨਾਂ ਨੂੰ ਲੱਗ ਕੇ ਆ ਰਹੇ ਨੇ, ਔਰ ਸਰਕਾਰ ਦੀ ਜਿਹੜੀ ਜੋ ਗੱਲ ਸਰਕਾਰ ਨੇ ਕਹੀ ਉਹ 'ਤੇ ਪੂਰੀ ਨਹੀਂ ਉਤਰਦੀ ਨਜ਼ਰ ਆ ਰਹੀ। ਅਸੀਂ ਤੁਸੀਂ ਦੇਖਦੇ ਹੋ, ਅਸੀਂ ਮਹਿਕਮੇ ਤੋਂ ਵੀ ਮੰਗ ਕਰਦੇ ਹਾਂ ਵੀ ਤੁਰੰਤ ਇਹਨਾਂ ਦੇ ਪਿਛਲਾ ਬਿੱਲ ਦੇਖ ਕੇ ਇਹਨਾਂ ਨੂੰ ਮਾਫ਼ੀ ਦਿੱਤੀ ਜਾਵੇ। ਔਰ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਇਸ ਗੱਲ ਵੱਲ ਧਿਆਨ ਦੇਣ ਲਈ ਕਹੋ। ਔਰ ਮੈਂ ਬਾਲਕ੍ਰਿਸ਼ਨ ਪਿੰਡ ਭਟਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ, ਅਤੇ ਮੈਂ ਮੇਰਾ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਜੀ, 4-5 ਦਿਨ ਹੋ ਗਏ। ਅਸੀਂ ਬੜੇ ਔਖੇ ਹਾਂ, ਪਾਣੀ ਧਾਣੀ ਤੋਂ ਵੀ, ਅਤੇ ਡੰਗਰ ਪਸ਼ੂ ਵਾਲੇ ਹੈ, ਅਤੇ ਬਹੁਤ ਜ਼ਿਆਦਾ ਸਾਨੂੰ ਔਖਾ ਹੋਇਆ ਜੀ। ਕਦੋਂ ਦਾ ਬਿੱਲ ਤੁਹਾਡਾ ਹੈ ਇਹ? 2021 ਦਾ ਜੀ। ਕਿਹੜੇ ਸਾਲ, ਕਿਹੜੇ ਡੇਟ ਦਾ? 11ਵੇਂ ਮਹੀਨੇ ਦਾ ਜੀ ਇਹ। 12,590 ਤੁਹਾਡਾ ਮਾਫ਼ ਨਹੀਂ ਹੋਇਆ ਬਿੱਲ? ਇਹ ਬਿੱਲ ਸਾਡਾ ਮਾਫ਼ ਨਹੀਂ ਹੋਇਆ ਜੀ, ਨਾਲ ਲੱਗੇ ਆ ਦੇ।